ਆਪਦਾ ਸਾਰੇ ਅੰਦਰ ਧੰਨਵਾਦ ਕਰਦੀ ਹਾਂ। ਮੈਂ ਆਈ ਸੀ ਜਲੰਧਰ ਤੋਂ, ਜਦੋਂ ਮੈਂ ਆਈ ਮੇਰੀ ਹਾਲਤ ਬਹੁਤ ਖਰਾਬ ਸੀ, ਮੈਨੂੰ ਰਾਤ ਨੂੰ ਬੁਖਾਰ ਚੜਿਆ, ਕੰਬਾ ਚੜਿਆ, ਅਤੇ ਫਿਰ ਅਸੀਂ ਡਾਕਟਰ ਨੂੰ ਦਿਖਾਉਣ ਗਏ, ਉਹਨਾਂ ਨੇ ਕਿਹਾ ਐਡਮਿਟ ਕਰਾ ਦਿਓ, ਅਸੀਂ ਫਿਰ ਸਿੱਧਾ ਇੱਥੇ ਲੁਧਿਆਣੇ ਹੀ ਆ ਗਏ। ਇੱਥੇ ਆ ਕੇ ਇਹਨਾਂ ਨੇ ਮੇਰਾ ਟ੍ਰੀਟਮੈਂਟ ਬਹੁਤ ਅੱਛਾ ਕੀਤਾ, ਇੰਨਾ ਕੀਤਾ ਕਿ ਮੈਂ ਪੌਸ਼ਟਿਕ ਸੀ ਅਤੇ ਮੇਰਾ ਇਹਨਾਂ ਨੂੰ ਹੁਣ ਤੱਕ ਨੈਗੇਟਿਵ ਕਰ ਦਿੱਤਾ। ਮੈਂ ਇਹ ਕਹਿੰਦੀ ਹਾਂ, ਮੈਂ ਇਸ ਏਜ 'ਚ ਉਮਰ 'ਚ ਮੈਂ ਠੀਕ ਹੋ ਗਈ ਹਾਂ, ਤੁਸੀਂ ਘਬਰਾਓ ਨਾ, ਖਾਂਸੀ ਜ਼ੁਕਾਮ ਬੁਖਾਰ ਜੋ ਵੀ ਹੁੰਦਾ ਆ ਕੇ ਟੈਸਟ ਕਰਾਓ ਅਤੇ ਆਪਣਾ ਸਫਲ ਜੀਵਨ ਕਰੋ, ਠੀਕ ਹੋਵੋਗੇ ਸਭ। ਜੇ ਮੈਂ ਇਸ ਏਜ 'ਚ ਹੋ ਸਕੀ ਹਾਂ ਅਤੇ ਤੁਸੀਂ ਵੀ ਬੱਚੇ ਹੋਵੋਗੇ ਅਤੇ ਆ ਕੇ ਆਪਣਾ ਇਲਾਜ ਕਰਾਓ ਅਤੇ ਠੀਕ ਹੋ ਜਾਓ। ਰੋਹਿਤ ਛਾਬੜਾ, ਨਿਜਾਤਮ ਨਗਰ ਜਲੰਧਰ ਦਾ ਰਹਿਣ ਵਾਲਾ ਵਾਸੀ, ਅੱਜ CMC ਹੋਸਪਿਟਲ ਵਿੱਚ ਆਪਣੇ ਆਪ ਦੇ ਦਾਦੀ ਮਾਂ ਨੂੰ ਲੈਣ ਆਇਆ ਵਾਂ, ਜੋ ਕਿ ਬਿਲਕੁਲ ਸਵਸਥ ਨੇ, ਜਿਨ੍ਹਾਂ ਦੀ ਬਦੌਲਤ CMC ਦੀ ਬਦੌਲਤ ਤੋਂ ਬਿਲਕੁਲ ਠੀਕ ਹੋ ਚੁੱਕੇ ਨੇ। ਮੈਂ ਤੇ ਦਿਲੋਂ CMC ਹੋਸਪਿਟਲ ਦਾ ਸ਼ੁਕਰਾਨਾ ਕਰਦਾ, CM ਪੰਜਾਬ ਕੈਪਟਨ ਸਾਹਿਬ ਦਾ ਸ਼ੁਕਰਾਨਾ ਕਰਦਾ, ਪੰਜਾਬ ਪੁਲਿਸ ਦਾ ਸ਼ੁਕਰਾਨਾ ਕਰਦਾ, ਜਿਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ ਅਤੇ ਸਾਡੀ ਦਾਦੀ ਮਾਂ ਨੂੰ ਠੀਕ ਕਰਨ ਵਿੱਚ ਬਹੁਤ ਸਹਿਯੋਗ ਦਿੱਤਾ। ਮੈਂ ਤੇ ਦਿਲੋਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ।